ਮੈਂ ਜੋ ਕੁਝ ਕਰੂੰਗਾ ਮੇਰੇ ਪਰਿਵਾਰ ਦੇ ਬੱਚੇ ਮੇਰੇ ਘਰ ਦੇ ਇਦਾਂ ਹੀ ਕਰਨਗੇ ਮੈਨੂੰ ਇੱਕ ਐਗਜ਼ਾਮਪਲ ਸੈੱਟ ਕਰਨਾ ਪਊਗਾ ਕਿ ਆ ਮੇਰਾ ਦਾਇਰਾ ਅਮਰੀਕੀ ਸੰਸਕ੍ਰਿਤੀ ਹੈ ਆ ਮੇਰੇ ਗੁਰੂਆਂ ਦੀ ਟੀਚਿੰਗ ਆ ਸਾਡਾ ਪੰਜਾਬ ਹੈ ਆ ਸਾਡੀ ਪੰਜਾਬੀਅਤ ਹੈ ਉਹਦੇ ਦਾਇਰੇ ਦੇ ਵਿੱਚ ਰਹਿਣਾ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਲਾਈਨ ਡਰਾ ਕਰਨੀ ਹੈ ਪਾਈ ਨੂੰ ਕ੍ਰੋਸ ਨਹੀਂ ਕਰਨਾ ਕਿਉਂਕਿ ਇਹਨੂੰ ਮੈਂ ਵੀ ਕ੍ਰੋਸ ਨਹੀਂ ਕਰਦਾ ਇਹ ਲਾਈਨ ਬੜੀ ਇੰਪੋਰਟੈਂਟ ਹੈ ਜਿੰਨੇ ਐਕਟਰਸ ਜਿੰਨੇ ਸਿੰਗਰਸ ਜੇ ਉਹ ਰਿਸਪੌਂਸਿਬਿਲਟੀ ਆਪਣੀ ਨਹੀਂ ਸਮਝਦੇ ਔਰ ਇਹ ਵਾਹੀਅਤ ਗੱਲਾਂ ਜਾਂ ਵਾਹੀਅਤ ਗਾਣੇ ਜਾਂ ਵਾਹੀਅਤ ਚੀਜ਼ਾਂ ਕਹਿੰਦੇ ਨੇ ਬੋਲਦੇ ਨੇ ਉਹ ਕੁੱਦਾ ਸੁਣ ਵੀ ਰਿਹਾ ਤੇ ਦੇਖ ਵੀ ਰਿਹਾ ਤੇ ਸਜਾਵਾਂ ਵੀ ਮਿਲਦੀਆਂ ਨੇ ਚਮਕੀਲਾ ਇੱਕ ਐਗਜ਼ੈਂਪਲ ਆ ਬੜਾ ਵੱਡਾ ਸਿੰਗਰ ਹੋਇਆ ਠੀਕ ਹੈ ਅਸੀਂ ਵੋਗੇ ਸ਼ੂਟਿੰਗ ਕਰ ਰਹੇ ਸੀ ਮੈਂ ਐਗਜ਼ੈਂਪਲ ਦੇ ਰਿਹਾ ਮੈਂ ਕਿਹਾ ਚਮਕੀਲੇ ਮੈਂ ਤੇਰਾ ਗਾਣਾ ਪਿਕਚਰਾਇਜ਼ ਨਹੀਂ ਕਰਨਾ ਸਕਰੀਨ ਦੇ ਉੱਤੇ ਹਾਲਾਂਕਿ ਮੈਨੂੰ ਕਰਨਾ ਪੈ ਰਿਹਾ ਸੀ ਕਬਜ਼ਾ ਫਿਲਮ ਦੇ ਵਿੱਚ ਤੇ ਮੈਂ ਕਿਹਾ ਤੂੰ ਇਹ ਕੀ ਕੀਤਾ ਮੈਨੂੰ ਕਹਿੰਦਾ ਕਹਿੰਦਾ ਜੀ ਮੈਂ ਤਾਂ ਇੱਕ ਪਿੰਡ ਦੇ ਮੁੰਡੇ ਕੁੜੀਆਂ ਇਸ਼ਕ ਕਰਨ ਲਾਤੇ ਮੈਂ ਸ਼ਾਬਾਸ਼ ਮੈਂ ਕਿਹਾ ਜਿੱਥੇ ਇੱਕ ਪਿੰਡ ਦੀ ਕੁੜੀ ਨੂੰ ਲੋਕੀ ਭੈਣ ਕਹਿੰਦੇ ਸੀ ਧੀ ਕਹਿੰਦੇ ਸੀ ਮੈਂ ਕਿਹਾ ਉੱਥੇ ਤੋਂ ਇਸ਼ਕ ਕਰਨ ਲੱਗਾ ਤਾਂ ਮੈਂ ਕਿਹਾ ਤੇਰਾ ਵੀ ਇਸ਼ਕ ਬੜੀ ਛੇਤੀ ਖਤਮ ਹੋਣ ਵਾਲਾ ਕੁਦਰਤੀ ਸੁਭਾਅਕ ਮੇਰੇ ਮੂੰਹ ਚੋਂ ਇੱਕ ਗੱਲ ਨਿਕਲੀ ਔਰ ਪਤਾ ਲੱਗਿਆ ਜੀ ਕਿ ਅਗਲੇ 20 ਦਿਨਾਂ ਦੇ ਵਿੱਚ ਵਿੱਚ ਆਪ ਤਾਂ ਕੀ ਕਾਕਾ ਜੀ ਦੇ ਛੈਣੇ ਵੀ ਉੱਡ ਗਏ ਸੋ ਜਦ ਤੱਕ ਤੁਸੀਂ ਆਪਣੇ ਪੰਜਾਬ ਨਾਲ ਆਪਣੀ ਪੰਜਾਬੀ ਤਨਾ ਗੁਰੂ ਕਰਨ ਨਾਲ ਇਹ ਗੁਰੂ ਘਰ ਹੈ ਗੁਰਮੁਖੀ ਹੈ ਪੰਜਾਬੀ ਨਹੀਂ ਹੈ ਬੋਲੀ ਪੰਜਾਬੀ ਪੰਜਾਬ ਜਾਂਦੀ ਤਾਂ ਪੰਜਾਬੀ ਕਹਿੰਨੇ ਇਹਨੂੰ ਗੁਰਮੁਖੀ ਕੀ ਗੁਰੂਆਂ ਦੇ ਮੂੰਹ ਚੋਂ ਨਿਕਲੇ